ਕੰਗਾ ਕੀਤਾ ਨਾ ਪਵਾ ਕੇ ਸਾਡੀ ਦੂਰੀ ਓਏ ਲੋਕਾਂ ਬਦਨਾਮ ਕਰਤੀ ਵੇ ਲੋਕਾਂ ਬਦਨਾਮ ਕਰਤੀ ਓਏ ਨਾਲੇ ਮੈਂ ਤੇ ਤੇ ਉਹਦੀ ਮਿੱਠੀ ਚੂਰੀ ਐਲੈਂਟ ਕਿਸੇ ਵੀ ਚੀਜ਼ ਦਾ ਮਹਤਾਜ ਨਹੀਂ ਹੁੰਦਾ ਚਾਹੇ ਉਹ ਕਰੋੜਪਤੀ ਹੋਵੇ ਚਾਹੇ ਰੋੜਪਤੀ ਹੋਵੇ ਅੱਜ ਐਸੇ ਸ਼ਖਸ ਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਜੋ ਆਪਣੀ ਮਿਹਨਤ ਦੇ ਸਦਕੇ ਬੜੀ ਟੈਲੈਂਟ ਵਾਲੀਆਂ ਗੱਲਾਂ ਕਰਦਾ ਹੈ ਬੜੀਆਂ ਟੈਲੈਂਟ ਵਾਲੀਆਂ ਚੀਜ਼ਾਂ ਕਰਦਾ ਹੈ ਗਾਣੇ ਗਾਉਂਦਾ ਹੈ ਔਰ ਸੀਟੀ ਇੰਨੀ ਸ਼ਾਨਦਾਰ ਵਜਾਉਂਦਾ ਹੈ ਕਿ ਨਜ਼ਾਰਾ ਆ ਜਾਂਦਾ ਦੇਖ ਕੇ ਇਹ ਸਿੱਧਾ ਤੁਹਾਨੂੰ ਉਹਨਾਂ ਨਾਲ ਹੀ ਗੱਲਬਾਤ ਕਰਾਉਣੇ ਆ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਹੀ ਬਲਵਿੰਦਰ ਕੁਮਾਰ ਨਾਮ ਹੈ ਹੂੰ ਤੇ ਮੱਲ ਕਹਿੰਦੇ ਮੈਨੂੰ ਏਰੀਆ ਦੇ ਵਿੱਚ ਸਾਰੇ ਹਾਂ ਜੀ ਮੱਲ ਸਾਹਿਬ ਇਹ ਜਿਹੜਾ ਤੁਸੀਂ ਟੈਲੈਂਟ ਕਰਕੇ ਦਿਖਾਇਆ ਸਾਨੂੰ ਸੀਟੀ বাজਾਈ ਹੈ ਤੇ ਇਹ ਇਹ ਕਦੋਂ ਬਚਪਨ ਤੋਂ ਸੀ ਜਾਂ ਕਦੋਂ ਤੋਂ ਤੁਸੀਂ ਇਹ ਸ਼ੁਰੂ ਕੀਤਾ ਹੈ ਜਾਂ ਕੀ ਇਹਦੇ ਵਾਸਤੇ ਤੁਹਾਨੂੰ ਕੁਝ ਸਪੈਸ਼ਲ ਕਰਨਾ ਪਿਆ ਤੇ ਜੀ ਇੱਕ mohabbat ਦੀ ਫਿਲਮ ਤੇ ਇੱਕ ਹੋਰ ਕਰੀਬ ਫਿਲਮ ਕਰੀਬ ਫਿਲਮ ਦੇ ਵਿੱਚ ਸੀਟੀ ਜਦੋਂ ਵੱਜਦੀ ਹੈ ਤੇ ਉਹ ਮੈਂ ਸੁਣੀ ਉਹ ਵੈਸੇ ਹੀ ਮੈਂ ਵਜਾਦਾ ਹੁੰਦਾ ਸੀ ਉਹਦੀ ਟਿਊਨ ਦੇ ਹਿਸਾਬ ਨਾਲ ਵਜਾਂਦਾ ਗਿਆ ਵਜਾਂਦਾ ਗਿਆ ਕੁਝ ਗਾਣਿਆਂ ਦੀ ਟੂਨਾਂ ਜੇ ਵਜਾਂਦਾ ਤੇ ਮਤਲਬ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਾ ਕਦੋਂ ਮੈਂ ਇਹ ਸੀਡੀ ਵਜਾਣੀ ਸਿੱਖ ਗਿਆ ਅੱਛਾ ਜੀ ਜੀ ਤੇ ਇਹਦੇ ਵਾਸਤੇ ਤੁਸੀਂ ਕੋਈ ਸਟੇਜ ਪ੍ਰੋਗਰਾਮ ਵੀ ਕੀਤੇ ਆ ਜਾਂ ਤੁਸੀਂ ਕਿਤੇ ਹੋਰ ਵੀ ਕਿਤੇ ਟੈਲੈਂਟ ਸ਼ੋਅ ਦੇ ਵਿੱਚ ਗਏ ਹੋ ਕਿਤੇ ਟੈਲੈਂਟ ਸ਼ੋਟ ਦੇ ਸ਼ੋਅ ਦੇ ਵਿੱਚ ਗਏ ਜੀ ਮੈਂ ਐਮਐਚਬੀ1 ਦੇ ਵਿੱਚ ਗਿਆ ਜੀ ਅੱਛਾ ਜੀ ਹਾਂਜੀ ਏਸੀਡੀ ਦੇ ਜ਼ਰੀਏ ਗਿਆ ਸੀ ਹਾਂ ਉਹ ਕੀ ਪ੍ਰੋਗਰਾਮ ਸੀ ਨੰਨਾ ਨਾਮ ਸੀਗਾ ਜਾਂ ਕੀ ਉਹਦੇ ਵਿੱਚ ਤੁਸੀਂ ਕਰਦੇ ਹੁੰਦੇ ਸੀ ਕੀ ਪਲੇ ਕਰਦੇ ਹੁੰਦੇ ਸੀਗੇ ਤੇ ਕਿਹੜੀ ਸਥਿਤੀ ਤੱਕ ਪਹੁੰਚੇ ਮੇਰਾ ਤਾਂ ਬਸ ਉਹਦੇ ਵਿੱਚ ਇੱਕ ਹੀ ਐਪੀਸੋਡ ਸੀ ਜੀ ਜੱਗੀ 420 ਪ੍ਰੋਗਰਾਮ ਦਾ ਨਾਮ ਸੀ ਸਾਡੇ ਜਗਤਾਰ ਜੱਗੀ ਜੀ ਨੇ ਉਹ ਕੀਤਾ ਸੀਗਾ ਜੀ ਤੇ ਰਾਣੀ ਪਾਰਕ ਚੰਡੀਗੜ੍ਹ ਦੇ ਵਿੱਚ ਉਹਦੀ ਸ਼ੂਟਿੰਗ ਸੀ ਕੌਣ ਕੌਣ ਸੀ ਉਹਦੇ ਵਿੱਚ ਉਹਦੇ ਵਿੱਚ ਮੈਂ ਸੀ ਜਗਤਾਰ ਜੱਗੀ ਜੀ ਤੇ ਜਦੋਂ ਅਸੀਂ ਨਾਲ ਮਤਲਬ ਜਾ ਰਹੇ ਸੀਗੇ ਤੇ ਉਹ ਗੱਡੀ ਜਿਹੜੀ ਮੈਨੂੰ ਦਿੱਤੀ ਸੀ ਕਿ ਉਹਨਾਂ ਨੇ ਵੀ ਮਤਲਬ ਇਹਦੇ ਵਿੱਚ ਤੂੰ ਜਾਣਾ ਆਣਾ ਰਹਿਣਾ ਉਹਨਾਂ ਨੇ ਹੋਟਲ ਦਾ ਕਰਾਇਆ ਸਭ ਕੁਝ ਉਹਨਾਂ ਦਾ ਸੀ ਤੇ ਰੋਸ਼ਨ ਪ੍ਰਿੰਸ ਜੀ ਤੇ ਮੈਂ ਇਕੱਠੇ ਸੀ ਗਿਆ ਸੀ ਇੱਕੋ ਥਾਲੀ ਜੋ ਉਸ ਟਾਈਮ ਰੋਟੀ ਖਾਧੀ ਅੱਛਾ ਜੀ ਜੀ ਤੇ ਉਸ ਤੋਂ ਬਾਅਦ ਫਿਰ ਕੋਈ ਕੋਈ ਪਲੇਟਫਾਰਮ ਨਹੀਂ ਮਿਲਿਆ ਵੀ ਜਿਹਦੇ ਨਾਲ ਆਪਾਂ ਉੱਚ ਸਥਿਤੀਆਂ ਕਿਉਂਕਿ ਜੇ ਆਪਾਂ ਜੱਗੀ ਜੀ ਦੀ ਗੱਲ ਕਰੀਏ ਜਾਂ ਰੋਸ਼ਨ ਪ੍ਰਿੰਸ ਦੀ ਗੱਲ ਕਰੀਏ ਜਾਂ ਆਪਾਂ ਕਹੀਏ ਤੇ ਜੱਗੀ 420 ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਵੀ ਰੋਲ ਸੀਗਾ ਤੇ ਉਹਦੇ ਵਿੱਚ ਹੁਣ ਸਾਰੇ ਉੱਚ ਸਥਿਤੀਆਂ ਦੇ ਬੈਠੇ ਨੇ ਤੇ ਤੁਸੀਂ ਅੱਜ ਵੀ ਡਾਉਣੀਓ ਬਸ ਜੀ ਤੁਹਾਨੂੰ ਪਤਾ ਹੀ ਆ ਹਰ ਇੱਕ ਕਾਮਯਾਬ ਬੰਦੇ ਨੂੰ ਸਭ ਤੋਂ ਪਹਿਲਾ ਚੀਜ਼ਾਂ ਤਾਂ ਉਹੀ ਮਾਰਦੀਆਂ ਵੀ ਗਰੀਬੀ 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 ਤੇ ਬਸ ਮੈਂ ਵੀ ਉਹੀ ਚੀਜ਼ੀ ਸੀਗਾ ਜੀ ਤੇ ਉਸ ਟਾਈਮ ਤੇ ਮੈਂ ਚੰਡੀਗੜ੍ਹ ਵੀ ਜਦੋਂ ਗਿਆ ਸੀ ਤੇ ਮੈਨੂੰ ਕਿਸੇ ਨੇ ਕਰਾਇਆ ਦੇ ਕੇ ਭੇਜਿਆ ਸੀ ਤਾਂ ਮੈਂ ਚੰਡੀਗੜ੍ਹ ਗਿਆ ਤੇ ਉੱਥੇ ਉਹਨਾਂ ਨੇ ਕਰਾਇਆ ਦੇ ਕੇ ਮੈਨੂੰ ਇੱਧਰ ਨੂੰ ਭੇਜਿਆ ਜੀ ਅੱਛਾ ਹਾਂਜੀ ਤੇ ਫਿਰ ਹੁਣ ਜਿਹੜੇ ਪੁਰਾਣੇ ਸਾਥੀ ਸੀ ਜਿਹੜੇ ਹੁਣ ਉਹ ਚ ਸਥਿਤੀਆਂ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਕਿਤੇ ਦੁਬਾਰਾ ਨਹੀਂ ਤੁਹਾਨੂੰ ਕਿਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਵੀ ਬਲਵਿੰਦਰ ਜੀ ਆਓ ਨਹੀਂ ਜੀ ਫਿਰ ਇੱਕ ਜੀਟੀਵੀ ਤੋਂ ਮੈਨੂੰ ਆਈ ਸੀ ਆਫਰ ਤੇ ਉਸ ਟਾਈਮ ਸੀੜੀਆਂ ਹੁੰਦੀਆਂ ਸੀਗੀਆਂ ਤੇ ਡਿਸਕ ਕਹਿੰਦੇ ਬਣਾ ਕੇ ਭੇਜੋ ਪਹਿਲਾਂ ਤੇ ਮੈਂ ਕਹਾਂ ਜੀ ਮੇਰੇ ਤੋਂ ਮੈਂ ਇੰਨਾ ਉਹ ਇੰਨਾ ਖਰਚਾ ਨਹੀਂ ਸੀ ਹੁੰਦਾ ਜੱਕ ਕਰ ਸਕਦੇ ਕਿ ਆਪਾਂ ਡਿਸਕ ਵੀ ਬਣਾ ਸਕਦੇ ਸੀ ਬਸ ਤੁਹਾਨੂੰ ਪਤਾ ਗੱਲ ਅਖੀਰ ਮੁੱਕਦੀ ਉਹੀ ਗਰੀਬੀ ਵਾਲਾ ਹੀ ਸਿਸਟਮ ਹਾਂਜੀ ਚਲੋ ਕੁਝ ਆਪਣੇ ਟੈਲੈਂਟ ਦੇ ਆ ਕੋਈ ਚੀਜ਼ਾਂ ਸਾਨੂੰ ਵੀ ਸੁਣਾਓ ਸਾਡੇ ਦਰਸ਼ਕ ਸੁਣਨਾ ਚਾਹੁੰਦੇ ਨੇ ਜੀ ਮੈਂ ਗਾਣਾ ਤੁਹਾਨੂੰ ਸੀਡੀ ਸੁਣਾਵਾਂਗਾ ਜੀ ਜੇ ਤੁਸੀਂ ਕਹੋਗੇ ਗਾ ਕੇ ਤੇ ਮੈਂ ਗਾ ਕੇ ਵੀ ਸੁਣਾ ਸਕਦਾ ਦੋਵੇਂ ਤਰੀਕੇ ਨਾਲ ਸੁਣਾ ਦਿਓ ਹਾਂਜੀ ਸੀਡੀ ਦੇ ਵਿੱਚ ਪਹਿਲਾਂ ਤੁਹਾਨੂੰ ਸੁਣਾਣਾ ਮੈਂ ਪੰਜਾਬੀ ਗਾਣੇ ਕਾਫੀ ਲੋਕ ਸੁਣਦੇ ਆ ਅੱਜਕੱਲ ਕਦੇ ਤਾਂ ਤੂੰ ਆਵੇਂਗਾ ਬੜਾ ਮੁਸ਼ਕਲ ਜਿਹਾ ਲੱਗ ਰਾਇਆ ਹੈ ਨਾ ਹਵਾ ਨੂੰ ਅੰਦਰ ਵੀ ਖਿੱਚਣਾ ਤੇ ਬਾਹਰ ਵੀ ਛੱਡਣਾ ਇਹ ਤਾਂ ਆਮ ਬੰਦਾ ਤਾਂ ਕਰ ਹੀ ਨਹੀਂ ਸਕਦਾ ਇਹ ਬੜੀ ਟਾਈਮ ਲੱਗਿਆ ਹੋਣਾ ਤੁਹਾਨੂੰ ਇਹ ਕਰਨ ਵਾਸਤੇ ਸਿੱਖਣ ਵਾਸਤੇ ਹਾਂਜੀ ਮਤਲਬ ਸਾਹ ਛੱਡਦਾ ਮਤਲਬ ਕਈ ਵਾਰੀ ਹੁੰਦਾ ਪੂਰਾ ਯੋਰ ਲੱਗਦਾ ਪਰ ਹੌਲੀ ਹੌਲੀ ਜਿਵੇਂ ਕਹਿੰਦਾ ਨਾ ਵੀ ਅਭਿਆਸ ਹਮ ਅਭਿਆਸ ਹੋ ਗਿਆ ਜੀ ਲਗਾਤਾਰ ਇੰਨੇ ਸਾਲਾਂ ਤੋਂ ਰਾਤ ਤੇ ਚੱਲਦੇ ਆਂ ਸੜਕਾਂ ਤੇ ਕਰੇ ਆਣਾ ਜਾਣਾ ਹਮ ਮਤਲਬ ਕਈ ਵਾਰੀ ਤਾਂ ਸ਼ਾਪ ਤੇ ਬੈਠਿਆਂ ਵੀ ਕੋਈ ਬੰਦੇ ਦਾ ਫੋਨ ਆਇਆ ਨਾ ਮੇਰੇ ਸੱਜਣ ਮਿੱਤਰ ਬਹੁਤ ਹੋਏ ਆ ਹਮ ਮਰੇ ਇਸੇ ਕੰਮ ਜੀ ਵੀ ਯਾਰ ਉਹ ਸੀਟੀ ਵਾਲੇ ਨੂੰ ਫੋਨ ਲਾ ਲਈਏ ਜਿੱਦਾਂ ਤੂੰ ਸੀਟੀ ਤੇ ਯਾਰ ਗਾਣਾ ਸੁਣਾ ਦੇ ਅੱਛਾ ਤੇ ਮਤਲਬ ਉਹ ਹੁਣ ਜਿੱਦਾਂ ਡੇਲੀ ਦਾ ਹੀ ਕੰਮ ਹੋ ਗਿਆ ਹੁਣ ਤੇ ਮਸ਼ਹੂਰੀ ਸਿਟੀ ਵਾਲੇ ਦੇ ਨਾਮ ਤੋਂ ਹਾਂਜੀ 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 ਬਿਲਕੁਲ ਜੀ ਤੇ ਹੁਣ ਤਾਂ ਮਤਲਬ ਜੇ ਮੈਂ ਘਰੇ ਜਾਂਦਾ ਮੈਂ ਘਰੇ ਪਤਾ ਲੱਗ ਜਾਂਦਾ ਗੁਆਣੀਆਂ ਨੂੰ ਪਤਾ ਲੱਗ ਜਾਂਦਾ ਆਂ ਦੇ ਜਾਂਦੇ ਵੀ ਸਿਟੀ ਵਾਲਾ ਆ ਗਿਆ ਵੀ ਉਹ ਆ ਰਿਹਾ ਉਹ ਜਾ ਰਿਹਾ ਬਸ ਅੱਛਾ ਤੇ ਗਲੀ ਦੇ ਵਿੱਚ ਵੀ ਇਦਾਂ ਹੀ ਗੁਣਗਣਾਉਂਦੇ ਜਾਂਦੇ ਹਾਂ ਮਾਰਦੇ ਜਾਂਦੇ ਆਂ ਬਿਲਕੁਲ ਜੀ ਹਾਂ ਕਦੇ ਜੁਸਤੀਆਂ ਵਾਲਾ ਸੌਦਾ ਤਾਂ ਨਹੀਂ ਬਣਿਆ ਨਹੀਂ ਜੀ ਕਦੀ ਨਹੀਂ ਸਿਟੀ ਐ ਸਿਟੀ ਹਾਂਜੀ ਸਾਰਿਆਂ ਨੂੰ ਪਤਾ ਆ ਅੱਛਾ ਵੀ ਉਹੀ ਵਜਾਂਦਾ ਆ ਨਹੀਂ ਹੁਣ ਗਲੀ ਦੇ ਵਿੱਚ ਤਾਂ ਆਪਾਂ ਚਲੋ ਤੁਹਾਨੂੰ ਜਾਣਦੇ ਨੇ ਸਾਰੇ ਤੇ ਜੇ ਆਪਾਂ ਹੁਣ ਗੱਲ ਕਰੀਏ ਆਪਾਂ ਬਾਹਰਲੇ ਕਿਤੇ ਏਰੀਏ ਤੇ ਇਵਰੀ ਤੇ ਉੱਥੇ ਤਾਂ ਸੀਟੀ বাজਾਈ ਹੋਵੇ ਤੇ ਕਿਸੇ ਨੇ ਜੁੱਤੀ ਲਈ ਹੋਵੇ ਨਹੀਂ ਬਹੁਤ ਲਾਈਕ ਕੀਤਾ ਬਾਹਰ ਵੀ ਅੱਛਾ ਹਾਂਜੀ ਮੈਂ ਇੱਕ ਵਾਰ ਨਾਣਾਦੇ ਵੀ ਗਿਆ ਸੀ ਤੇ ਉੱਥੇ ਮੈਂ ਬਾਰੀ ਚੋਂ ਖੜ ਕੇ ਬਾਹਰ ਸੀੜੀ ਬਜਾ ਰਿਹਾ ਸੀ ਤੇ ਜਿਸ ਹੋਟਲ ਚੋਂ ਮੈਂ ਬਾਰੀ ਚੋਂ ਸੀੜੀ ਬਜਾ ਰਿਹਾ ਸੀ ਮੈਨੂੰ ਇਹਨਾਂ ਪਤਾ ਵੀ ਸਾਹਮਣੇ ਦੋਨੋਂ ਹੋਟਲਾਂ ਵਾਲੇ ਕਾਫੀ ਜਿਹੜੇ ਬੰਦੇ ਸੀ ਨਾ ਉੱਥੇ ਰੈਕਟੇਰੇ ਹੋਏ ਸਾਰੇ ਬਾਹਰ ਨਿਕਲ ਕੇ ਦੇਖਣ ਲੱਗੇ ਸੀ ਵੀ ਕੌਣ ਵਜਾ ਰਿਹਾ ਟੈਲੈਂਟ ਤਾਂ ਫਿਰ ਟੈਲੈਂਟ ਹੀ ਆ ਫਿਰ ਲੋਕੀ ਦੇਖਦੇ ਆ ਪਸੰਦ ਕਰਦੇ ਆ ਅੱਛਾ ਤੇ ਨਾਲ ਤੁਸੀਂ ਗੌਣੇ ਵੀ ਹੋ ਹਾਂਜੀ ਕੋਈ ਸੁਣਾਓ ਗੀਤ ਸਾਡੇ ਦਰਸ਼ਕਾਂ ਨੂੰ ਬਿਲਕੁਲ ਜੀ ਸੁਣਾਵਾਂਗੇ ਜੀ ਹੋ ਚੜਦੀ ਜਵਾਨੀ ਤੇਰੀ ਨਸ਼ੇ ਦਾ ਖਮਾਰਨੀ ਤੇ ਰੂਪ ਦੇ ਖਜ਼ਾਨੇ ਦੀ ਤੂੰ ਲੱਗੇ ਪਰੇਦਾਰਨੀ ਉਹ ਤੇਰੀ ਜ ਤਾਰੀਫ ਤੈਨੂੰ ਝੂਠ ਮੈਂ ਸੁਣਾਵਾ ਉਹ ਤੇਰੀ ਜ ਤਾਰੀਫ ਤੈਨੂੰ ਝੂਠ ਮੈਂ ਸੁਣਾਵਾ ਓਏ ਰੱਬ ਕਰੇ ਮੈਂ ਮਰਜ਼ਾ ਮਾ ਹੋ ਨੇ ਲਾ ਕਰੇ ਮੈਂ ਮਰ ਜਾਵਾਂ ਵਾਹ ਜੀ ਵਾਹ ਬਹੁਤ ਵਧੀਆ ਆਵਾਜ਼ ਵੀ ਤੁਹਾਡੀ ਵਧੀਆ ਹੈ ਤੁਸੀਂ ਸੀਟੀ ਵੀ ਬੜੀ ਵਧੀਆ ਬਜਾਉਂਦੇ ਹੋ ਅੱਛਾ ਹੁਣ ਆਪਾਂ ਗੱਲ ਪਰਿਵਾਰ ਦੀ ਕਰੀਏ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੇ ਗਰੀਬੀ ਦੀ ਗੱਲ ਕੀਤੀ ਸੀ ਤੁਸੀਂ ਵੀ ਕਿੱਥੋਂ ਤੁਸੀਂ ਉੱਠੇ ਹੋ ਤੇ ਕਿਹੜੇ ਹਾਲਾਤਾਂ ਦੇ ਵਿੱਚ ਪਲੇ ਹੋ ਜਾਂ ਹੁਣ ਜ਼ਿੰਦਗੀ ਕੱਟ ਰਹੇ ਹੋ ਸਰਕਾਰੀ ਸਕੂਲਾਂ ਤੋਂ ਪੜੇ ਆ ਜੀ ਬੋਰੀਆਂ ਦੇ ਬਹਿ ਕੇ ਟਾਟਾਂ ਤੇ ਬੈਠ ਬਟ ਕੇ ਪੜੇ ਆ ਜੀ ਤੇ ਪਲੱਸ 2 ਕੀਤੀ ਜ਼ਰੂਰ ਆ ਜੀ ਕਰੇ ਕਪੜੇ ਨਾ ਹੋਣ ਦੀ ਵਜ੍ਹਾ ਕਰਕੇ ਕਦੇ ਫੇਅਰਵੈਲ ਪਾਰਟੀ ਨਹੀਂ ਜੁਆਇਨ ਕੀਤੀ ਕਿਸੇ ਸਕੂਲ 'ਚ ਵੀ ਅੱਜ ਤੱਕ ਮਤਲਬ ਵੀ ਜਿਹੜੇ ਸਕੂਲ ਦੇ ਵਿੱਚ ਆਪਣੇ ਇਵੈਂਟਸ ਹੁੰਦੇ ਸੀਗੇ ਤੇ ਉਹਦੇ ਵਿੱਚ ਤੁਸੀਂ ਸਿਰਫ ਕੱਪੜਿਆਂ ਦੀ ਵਜ੍ਹਾ ਦੇ ਕਾਰਨ ਨਹੀਂ ਜਾ ਪਾਏ ਹਾਂਜੀ ਬਿਲਕੁਲ ਇਹ ਤਾਂ ਬਸ ਬਸ ਕੱਪੜੇ ਨਾ ਹੋਣ ਦੀ ਵਜ੍ਹਾ ਕਰਕੇ ਮੈਂ ਸਾਡੇ ਸਕੂਲ ਦਾ ਕੀ ਬਾਹਰ ਵੀ ਕਈ ਫੰਕਸ਼ਨ ਨਹੀਂ ਜੁਆਇਨ ਕੀਤੇ ਘਰ ਦੇ ਵਿੱਚ ਕੌਣ-ਕੌਣ ਆ ਤੇ ਹਾਲਾਤ ਕਿਦਾਂ ਦੇ ਨੇ ਘਰ ਦੇ ਵਿੱਚ ਜੀ ਇੱਥੇ ਤਾਂ ਮਤਲਬ ਮੈਂ ਤੇ ਮੇਰੀ ਵਾਈਫ ਤੇ ਮੇਰਾ ਮੁੰਡਾ ਆ ਤੇ ਉਧਰ ਸਾਡਾ ਘਰ ਆ ਇੱਕ ਉਧਰ ਮੇਰੀ ਮੰਮੀ ਡੈਡੀ ਆ ਬ੍ਰਦਰ ਆ ਮੇਰਾ ਮੇਰੇ ਭਾਬੀ ਜੀ ਨੇ ਉਹਨਾਂ ਦੇ ਬੱਚੇ ਆ ਸਾਰੇ ਆ ਮਤਲਬ ਵੀ ਗਰੀਬੀ ਤੋਂ ਹੁਣ ਉੱਭਰੇ ਹੋ ਜਾਂ ਬਿਲਕੁਲ ਜੀ ਅੱਜ ਮਤਲਬ ਆਪਾਂ ਕਹਿ ਸਕਦੇ ਇੱਕ ਸੁੱਖ ਦਾ ਸਾਲ ਆ ਪਰ ਜੋ ਦਿਲ ਨੂੰ ਜਿਵੇਂ ਤਸੱਲੀ ਨਹੀਂ ਹੁੰਦੀ ਵੀ ਆਪਾਂ ਸਾਰੇ ਕੰਮ ਕਰ ਲੈਨੇ ਆਪਾਂ ਸੋਚ ਲੈਨੇ ਵੀ ਕੋਈ ਕੰਮ ਰਹਿ ਗਿਆ ਅਧੂਰਾ ਹੂੰ ਹੂੰ ਮੈਨੂੰ ਇਦਾਂ ਲੱਗਦਾ ਕਿ ਗਾਇਕੀ ਤੋਂ ਬਿਨਾ ਮੈਂ ਅਧੂਰਾ ਹੀ بس ਆਪਣੇ ਟੈਲੈਂਟ ਤੋਂ ਬਿਨਾ ਤੁਸੀਂ ਆਪਣੇ ਆਪ ਨੂੰ ਅਧੂਰਾ ਸਮਝਦੇ ਹੋ। ਹਾਂਜੀ ਮੈਨੂੰ ਪੈਸੇ ਨਾ ਮੋਹ ਨਹੀਂ। ਮੈਨੂੰ ਇਹ ਆ ਕਿ ਮੈਂ ਕਿਸੇ ਸਟੇਜ ਤੇ ਪਰਫਾਰਮ ਕਰਾਂ। ਕੋਈ ਮੈਨੂੰ ਵੀ ਸੁਣੇ, ਮੈਨੂੰ ਵੀ ਦੇਖੇ। ਬਸ ਮੇਰਾ ਇਹ ਸੁਪਨਾ ਹੁੰਦਾ ਸੀ। ਚਲੋ ਅੱਜਕੱਲ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਵੱਲ ਜਾ ਰਹੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਮਤਲਬ ਪੰਜਾਬ ਦੀ ਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਓਏ ਕੁਲੇ ਟੁੱਟੇ ਗਏ ਨੇ ਕਵਾਦੇ ਓਏ ਸੋਹਣਿਆ ਓਏ ਕੁਲੇ ਟੁੱਟੇ ਗਏ ਨੇ ਕਵਾਦੇ ਓਏ ਬੰਦੀ ਕਰੋ ਚਿੱਟਾ ਵੇਚਣਾ ਤੇ ਬੱਚੇ ਮੁੱਖ ਚੱਲੇ ਮਾਬਾਦੇ ਓਏ ਵੈਰੀਓ ਇਹ ਬੱਚੇ ਮੁੱਖ ਚੱਲੇ ਮਾਬਾਦੇ ਮੇਰਾ ਤਾਂ ਇਹ ਸੰਦੇਸ਼ ਹੈ ਜੀ ਚਲੋ ਬਹੁਤ ਵਧੀਆ ਸੰਦੇਸ਼ ਇਹਨਾਂ ਨੇ ਦਿੱਤਾ ਹੈ ਬਲਵਿੰਦਰ ਮੱਲ ਜੀ ਹੈ ਮੱਲ ਇਹਨਾਂ ਦੀ ਸਿਰਫ ਇੱਕੋ ਇੱਕ ਤਮੰਨਾ ਹੈ ਕਿਉਂਕਿ ਗਰੀਬੀ ਤੋਂ ਉੱਭਰ ਕੇ ਹੁਣ ਜਿਹੜਾ ਇਹ ਥੋੜਾ ਜਿਹਾ ਰੋਟੀ ਖਾਣ ਜੋਗੇ ਹੋਏ ਨੇ ਆਪਣੇ ਪਰਿਵਾਰ ਨੂੰ ਪਾਲਣ ਜੋਗੇ ਹੋਏ ਨੇ ਇਹਨਾਂ ਦੀ ਸਿਰਫ ਇੱਕੋ ਇੱਕ ਜਿਹੜੀ ਤਮੰਨਾ ਹੈਗੀ ਦਿਲ ਦੇ ਵਿੱਚ ਰਹਿ ਗਈ ਵੀ ਉਹ ਸਟੇਜ ਦੇ ਉੱਤੇ ਪਰਫਾਰਮ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਆਪਣਾ ਟੈਲੈਂਟ ਦਿਖਾਉਣਾ ਚਾਹੁੰਦੇ ਨੇ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਲੋਕ ਇਹ ਬਲਵਿੰਦਰ ਮੱਲ ਨੂੰ ਕਿੰਨਾ ਕ ਪਸੰਦ ਕਰਦੇ ਨੇ ਇਹਨਾਂ ਦਾ ਟੈਲੈਂਟ ਕਿੱਥੇ ਕਿੱਥੇ ਤੱਕ ਪਹੁੰਚਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ ਨਿਊਜ਼ 18 ਪੰਜਾਬ